ਹੈਗਾ ਇਹਦਾ ਰੋਸ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਮੈਂ ਸਾਰੇ ਹੀ ਜਿਹੜੇ ਲੱਖ ਲੱਖ ਵੱਖ ਵੱਖ ਪਿੰਡਾਂ ਤੋਂ ਜਿਹੜੇ ਸਾਡੇ ਵੀਰ ਆਏ ਆ ਉਹਨਾਂ ਸਾਰਿਆਂ ਨੂੰ ਜੀਆਂ ਕਹਿੰਦਾ ਔਰ ਧੰਨਵਾਦ ਕਰਦਾ ਕਿ ਵਾਢੀ ਦਾ ਸੀਜ਼ਨ ਹੋਵੇ ਔਰ ਫਿਰ ਵੀ ਚਲੋ ਸਾਡੇ ਤੁਸੀਂ ਜਿਹੜੇ ਸੱਦੇ ਤੇ ਸੰਯੁਕਤ ਮੋਰਚੇ ਸੱਦੇ ਤੇ ਆਏ ਆ ਔਰ ਜਿਹੜੇ ਸਾਡੇ ਵੀਰਾਂ ਨੇ ਇਸ ਬੈਠ ਜਾਂਗੇ ਵੀਰ ਆ ਉਹਨਾਂ ਨੂੰ ਬੇਨਤੀ ਆ ਵੀ ਸਟੇਜ ਤੇ ਆ ਜਾਓ ਲਖੀਮਪੁਰ ਖੀਰੀ ਦੇ ਸ਼ਹੀਦ ਆ ਉਹਨਾਂ ਦੀ ਯਾਦ ਦੇ ਵਿੱਚ ਸਰਕਾਰ ਦੇ ਅਸੀਂ ਵਿਰੋਧ ਜਿਹੜਾ ਕਰ ਰਹੇ ਹਾਂ ਲਖੀਮਪੁਰ ਖੀਰੀ ਦੇ ਵਿੱਚ ਸ਼ਹੀਦ ਅਸਰ ਸਿੰਘ ਸ਼ਹੀਦ ਹੋਏ ਸੀ ਲਵਪ੍ਰੀਤ ਸਿੰਘ ਸ਼ਹੀਦ ਹੋਏ ਔਰ ਸ਼ਹੀਦ ਰਮਨ ਕਸ਼ਪ ਸ਼ਹੀਦ ਗੁਰਵਿੰਦਰ ਸਿੰਘ ਸ਼ਹੀਦ ਦਲਜੀਤ ਸਿੰਘ ਸਾਡੀਆਂ ਮੰਗਾਂ ਪਹਿਲਾਂ ਸਟੈਂਡ ਕਰ ਰਹੀਆਂ ਉਹ ਆਪਾਂ ਉਹ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਔਰ MSP ਦਾ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਸਰਕਾਰ ਆਈ ਸੀ ਕਿ ਆਪਾਂ ਸਾਰੇ ਹਿੰਦੁਸਤਾਨ ਚ ਰੇਲਾਂ ਰੋਕਣੀਆਂ ਔਰ ਇਹ ਜਿਹੜੀ ਮੁੱਖ ਮੰਗ ਆ ਕਿ ਅਜੇ ਮਿਸ਼ਰਾ ਨੂੰ ਜਿਹੜਾ ਕਾਰਵਾਈ ਸ਼ੁਰੂ ਕਰ ਲਗੇ ਭਾਸ਼ਣ ਕਰ ਲਗੇ ਮੈਂ ਇੱਕ ਵਾਰੀ ਬੇਨਤੀ ਕਰਦੇ ਹਾਂ ਵੀ ਇਹਦੇ ਚ ਕਾਰਵਾਈ ਸ਼ੁਰੂ ਕਰ ਲਗੇ ਭਾਸ਼ਣ ਕਰ ਲਗੇ ਅੱਜ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਕਪੂਰਥਲੇ ਜ਼ਿਲ੍ਹੇ ਦੇ ਵੱਖ ਵੱਖ ਸਟੇਸ਼ਨਾਂ 'ਤੇ ਧਰਨਾ ਲਾ ਕੇ ਬੈਠੇ ਜਿਵੇਂ ਕਪੂਰਥਲੇ ਹੋ ਗਿਆ ਇੱਕ RCF ਗੇਟ 'ਤੇ ਹੋ ਗਿਆ ਇੱਕ ਆਪਣੇ ਆਹ ਲਾ ਲਓ ਜਿਹੜੀ ਫਿਰੋਜ਼ਪੁਰ ਤੋਂ ਜਲੰਧਰ ਨੂੰ ਰੇਲ ਜਾਂਦੀ ਆ ਇੱਕ ਆਪਾਂ ਡਡਵਿੰਡੀ ਚੱਕ ਕੋਟਲਾ ਫਾਟਕ ਦੇ ਉੱਪਰ ਧਰਨਾ ਹੋ ਗਿਆ ਇੱਕ ਢਿਲਵਾਂ ਵਿਖੇ ਜਿਹੜੀ ਦਿੱਲੀ ਨੂੰ ਟ੍ਰੇਨ ਜਾਂਦੀ ਅੰਮ੍ਰਿਤਸਰ ਤੋਂ ਇੱਕ ਉਸ ਲਾਈਨ 'ਤੇ ਧਰਨਾ ਲੱਗਾ ਆਇਆ ਵਾ ਜਿਹੜਾ ਅੱਜ ਬਹੁਤ ਜ਼ੋਰਾਂ ਸ਼ੋਰਾਂ 'ਤੇ ਕਿਸਾਨ ਜਿਹੜੀ ਵਾਢੀ ਵੀ ਹੋ ਰਹੀ ਉਹਨੂੰ ਆਪਣਾ ਕੰਮ ਛੱਡ ਕੇ ਜਿਹੜੇ ਧਰਨੇ ਦੇ ਵਿੱਚ ਵੱਖਰੇ ਵੱਖਰੇ ਸਟੇਸ਼ਨਾਂ ਦੇ ਉੱਪਰ ਆ ਕੇ ਬੈਠੇ ਅੱਜ ਸੰਯੁਕਤ ਮੋਰਚੇ ਦਿੱਲੀ ਵੱਲੋਂ ਸਾਰੇ ਹਿੰਦੁਸਤਾਨ ਦੇ ਵਿੱਚ ਰੇਲ ਰੋਕੋ ਦਾ ਜਿਹੜਾ ਪ੍ਰੋਗਰਾਮ ਆ ਜਿਹੜੇ ਸਾਡੇ ਕਿਸਾਨ ਵੀਰ ਲਖੀਮਪੁਰ ਖੀਰੀ ਦੇ ਤਕੋਨੀਆ ਪਿੰਡ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੇ ਬੇਟੇ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਜਿਹੜੇ ਦਰੜ ਕੇ ਕਤਲ ਕਰ ਦਿੱਤੇ ਸੀ ਸ਼ਹੀਦ ਕਰ ਦਿੱਤੇ ਸੀ ਉਹਨਾਂ ਦੀ ਨੂੰ ਸਮਰਪਿਤ ਇਹ ਜਿਹੜਾ ਸੰਯੁਕਤ ਮੋਰਚੇ ਦਾ ਰੇਲ ਰੋਕੋ ਪ੍ਰੋਗਰਾਮ ਆ ਔਰ ਸਾਡੀ ਇਹ ਮੰਗ ਆ ਸੰਯੁਕਤ ਮੋਰਚੇ ਦੀ ਸੁਲਤਾਨਪੁਰ ਲੋਧੀ ਦੀ ਔਰ ਸਮੁੱਚੇ ਦੇਸ਼ ਦੇ ਮੋਰਚੇ ਦੀ ਕਿ ਕੇਂਦਰੀ ਗ੍ਰਹਿ ਮੰਤਰੀ ਆ ਜਿਹਨੇ ਪਹਿਲਾਂ ਹੀ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਕਿ ਮੈਂ ਤੁਹਾਨੂੰ ਸਬਕ ਸਿਖਾਵਾਂਗਾ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜੀ ਸਰਕਾਰ ਦੀ ਹੁੰਦੀ ਆ ਜਾਨ ਮਾਲ ਦੀ ਰਾਖੀ ਕਰਨ ਦਾ ਹੁੰਦਾ ਅਧਿਕਾਰ ਉਹਨਾਂ ਦਾ ਖੇਤਰ ਹੁੰਦਾ ਪਰ ਉਹ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਉਹਨੇ ਕਿਸਾਨਾਂ ਨੂੰ ਪਹਿਲਾਂ ਹੀ ਸ਼ਾਸਿਤ ਦੇ ਅਧੀਨ ਪਹਿਲਾਂ ਹੀ ਵਾਰਨਿੰਗ ਦਿੱਤੀ ਸੀ ਔਰ ਉਹਨੇ ਇਹ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ ਔਰ ਕਿਸਾਨ ਮੋਰਚਾ ਇਹ ਮੰਗ ਕਰਦਾ ਕਿ ਉਹਨੂੰ ਬਰਸਕਾਰ ਕੀਤਾ ਜਾਵੇ ਔਰ ਜਿਹੜੇ ਕੇਂਦਰੀ ਜਿਹੜੇ ਖੇਤੀ ਵਿਰੋਧੀ ਕਾਨੂੰਨ ਆ ਉਹ ਜਿਹੜੇ ਰੱਦ ਕੀਤੇ ਜਾਣ ਔਰ ਜਿਨ੍ਹਾਂ ਨੇ ਵਿੱਚ ਇੱਕ ਬਹੁਤ ਹੀ ਦੁੱਖਦਾਈ ਖਬਰ ਸੀ ਵੀ ਇੱਕ ਪੱਤਰਕਾਰ ਨੂੰ ਵੀ ਉਹਨਾਂ ਨੇ ਸਬੂਤ ਮਿਟਾਉਣ ਦੀ ਖਾਤਰ ਸ਼ਹੀਦ ਕਰ ਦਿੱਤਾ ਨਾਲ ਕਿ ਉਹ ਉੱਥੇ ਕਵਰੇਜ ਕਰ ਰਿਹਾ ਸੀ ਔਰ ਸਾਨੂੰ ਉਹਦੇ ਵੀ ਉਨਾ ਹੀ ਦੁੱਖ ਆ ਜਿੰਨਾ ਸਾਨੂੰ ਕਿਸਾਨ ਵੀਰਾਂ ਦਾ ਦੁੱਖ ਆ ਕਿਉਂਕਿ ਸਾਂਝਾ ਲੜਾਈ ਆ ਸਾਰੇ ਵਰਗਾਂ ਦੀ ਸਾਂਝੀ ਲੜਾਈ ਆ ਔਰ ਕੇਂਦਰ ਸਰਕਾਰ ਜਿਹੜੀ ਆ ਇਹ ਸਾਡੇ ਜਿਹੜੇ ਲੋਕਾਂ ਦੇ ਅਧਿਕਾਰ ਆ ਉਹਨਾਂ ਨੂੰ ਖੋਣਾ ਚਾਹੁੰਦੀ ਆ ਔਰ ਸਾਰੇ ਦੇਸ਼ ਵਿੱਚ ਹੀ ਇਹ ਘੱਟ ਗਿਣਤੀਆਂ ਲਈ ਖਤਰਾ ਆ ਔਰ ਸਾਰੇ ਦੇਸ਼ ਦੇ ਫਿਰਕੂਵਾਦ ਇਹ ਪ੍ਰਚਾਰ ਕਰ ਰਹੀ ਆ ਔਰ ਸਾਡੇ ਪਰ ਸਾਡੇ ਜਿਹੜੇ ਲੋਕ ਆ ਉਹ ਸੰਯੁਕਤ ਮੋਰਚੇ ਨਾਲ ਜੁੜ ਰਹੇ ਆ ਔਰ ਸਾਡੇ ਸਮਾਜ 'ਚ ਏਕਤਾ ਵੱਧ ਰਹੀ ਆ ਔਰ ਇਹਦਾ ਪ੍ਰਤੀਕ ਆ ਕਿ ਇਹ ਸਾਰੇ ਹਿੰਦੁਸਤਾਨ ਤੱਕ ਸੰਯੁਕਤ ਮੋਰਚੇ ਦੇ ਸੱਦੇ ਤੇ ਰੋਕੀਆਂ ਜਾ ਰਹੀਆਂ ਮੈਂ ਤੁਹਾਡਾ ਵੀ ਰੋਲ ਹੈ ਜੀ।
हाँ जी की अजा जथेबंद की प्रोग्राम से कितने रेल रोके जा रहे हैं? संयुक्त किसान मोर्चे वालों जरा पंजाब दे विच रेला रोकण दा जिथे प्रोग्राम बनिया नाल ही सारे सूबे भर में भी बहुत सफलतापूर्वक चल रहा वा। ये अज का महत्व यह है यदा जरा रखा वा धरना कि जोड़ा अजय मिश्रा वा उन्हू मंत्रीमंडल च बर्खास्त किया जाए तो जेड़े ये दोषियों बचा रही है योगी सरकार उन्होंने जी उन्होंने बनदियाँ सज़ा दित्तियां जान तो जोड़े साढ़े किसान वीर दिल्ली शहीद लगातार शहीदियां प्राप्त कर रहे हैं तो जोड़े कानून आ ये तीन जोड़े कानून मोदी सरकार अपनी जिते जी रद्द नहीं कर रही तो असी अज चेतावनी देनी चाहते अच्छ 18 तरीक न इतों स्टेशन के उपरों जोड़ा साढ़े सुल्तानपुर ब्लाक वालों चल रहा वा कि जे ये तुरंत कानून ना रद्द किए दोषियों बन की सज़ा ना दी तो आने वाले दिनों तिखा संघर्ष किया जाऊगा जी।